ਬਜਟ 2019 ਤੇ ਪੱਖੀ ਸਿਆਸਤ ਨਾਰਾ ਬਣਾਇਆ ਕਹਿੰਦੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਮੇਰਾ ਮੰਨਣਾ ਹੈ ਇਹਦਾ ਨਾਮ ਮੋਦੀ ਸਾਹਿਬ ਨੂੰ ਰੱਖਣਾ ਚਾਹੀਦਾ ਸੀਗਾ ਪ੍ਰਧਾਨ ਮੰਤਰੀ ਕਿਸਾਨ ਅਪਮਾਨ ਨਿਧੀ ਕਾਂਗਰਸ ਪ੍ਰਧਾਨ ਦਾ ਕੇਂਦਰ ਤੇ ਹਮਲਾ ਮੋਦੀ ਸਾਹਿਬ ਨੂੰ ਕਿਸਾਨ ਦੀ ਕਿਸੇ ਸਮੱਸਿਆ ਦਾ ਕੋਈ ਪਤਾ ਨਹੀਂ ਉਹਨਾਂ ਨੂੰ ਪਤਾ ਸਿਰਫ ਅਡਾਨੀਆਂ ਤੇ ਅੰਬਾਨੀਆਂ ਤੇ ਸਾਹੂਕਾਰਾਂ ਦਾ ਕੈਪਟਨ ਸਾਹਿਬ ਨੇ ਬਜਟ ਨੂੰ ਦੱਸਿਆ ਜੁਮਲਾ ਕਿਤਨੇ ਅਨਇੰਪਲੋਇਡ ਲੜਕੇ ਹੈ ਉਨਕੇ ਲਈ ਕਿਹਾ ਗਿਆ ਤੋ ਆਈ ਐਮ ਲੁਕਿੰਗ ਐਟ ਦੀਸ ਟੂ ਯਹੀ ਦੋਨੋਂ ਬਾਤਾਂ ਤੋਂ ਹਮਨੇ ਕੱਲ੍ਹ ਉਠਾਈ ਥੀ ਕਿ ਇਹ ਦੋ ਮੇਜਰ ਇਸ਼ੂਜ਼ ਹੈ ਪੰਜਾਬ ਕੇ ਟੋਟਲ ਜ਼ੀਰੋ ਬਜਟ 2019 ਜੋ ਕਿ ਕੇਂਦਰ ਸਰਕਾਰ ਦਾ ਆਪਣੇ ਕਾਰਜਕਾਲ ਦਾ ਆਖਰੀ ਬਜਟ ਸੀ ਤਾਂ ਉੱਥੇ ਹੀ ਇਸ ਬਜਟ ਨਾਲ ਜਿੱਥੇ ਕਿਸਾਨਾਂ ਅਤੇ ਜਨਤਾ ਨੂੰ ਕਈ ਉਮੀਦਾਂ ਸੀ ਅਤੇ ਦੂਜੇ ਪਾਸੇ ਸਰਕਾਰ ਨੇ ਵੀ ਅੰਤਰਿਮ ਬਜਟ ਦੇ ਵਿੱਚ 5 ਏਕੜ ਵਾਲੇ ਕਿਸਾਨਾਂ ਨੂੰ 6,000 ਰੁਪਏ ਸਾਲਾਨਾ ਦੇਣ ਦਾ ਅਹਿਮ ਐਲਾਨ ਕੀਤਾ ਇਹ ਰਕਮ 2,000 ਰੁਪਏ ਦੀਆਂ 3 ਕਿਸ਼ਤਾਂ ਵਿੱਚ ਕਿਸਾਨਾਂ ਨੂੰ ਮਿਲੇਗੀ ਯਾਨੀ ਕਿ ਕਿਸਾਨਾਂ ਨੂੰ ਪ੍ਰਤੀ ਦਿਨ 17 ਰੁਪਏ ਮਿਲਣਗੇ ਜਿਸ ਨੂੰ ਲੈ ਕੇ ਵਿਰੋਧੀਆਂ ਦੇ ਵਿੱਚ ਗੁੱਸਾ ਵਿਖਾਈ ਦੇ ਰਿਹਾ ਹੈ ਉਹਨਾਂ ਨੇ ਮੋਦੀ ਸਰਕਾਰ 'ਤੇ ਇੱਕ ਤੋਂ ਬਾਅਦ ਇੱਕ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਨੇ ਮੁੱਖ ਮੰਤਰੀ ਨੇ ਇਸ ਬਜਟ ਨੂੰ ਜਿੱਥੇ ਜੁਮਲਾ ਕਰਾਰ ਦਿੱਤਾ ਉੱਥੇ ਹੀ ਇਹ ਵੀ ਕਿਹਾ ਕਿ ਇਸ ਬਜਟ ਨਾਲ ਕੇਂਦਰ ਨੇ ਕਿਸਾਨਾਂ ਨਾਲ ਮਜ਼ਾਕ ਕੀਤਾ ਹੈ ਮੈਂ ਜਾਣਨਾ ਚਾਹਤਾ ਹੂੰ ਕਿ ਜੋ ਕਿਸਾਨ ਹੈ ਜੋ ਪ੍ਰੋਬਲਮ ਸਭ ਦੁਨੀਆ ਜਾਣਤੀ ਹੈ ਇਸਕੇ ਬਾਰੇ ਮੇਂ ਹਰ ਮਿਨਿਸਟਰ ਇਨਕਲੂਡਿੰਗ ਪ੍ਰਾਈਮ ਮਿਨਿਸਟਰ ਬੋਲਤੇ ਹੈ ਔਰ ਕਹਿਤੇ ਥੇ ਕਿ ਕਿਸਾਨੋਂ ਕੀ ਨਿਯਮ ਕਰੇਂਗੇ ਸਭ ਕਰਜ਼ੇ ਕੇ ਨੀਚੇ ਦਬੇ ਹੋਏ ਹੈ ਉਸਕਾ ਕਿਆ ਉਹਨਾਂ ਨੇ ਕਿਹਾ ਹੈ ਦੂਸਰੀ ਤਰਫ ਜੋ ਨੌਜਵਾਨ ਹੈ ਜਿਨਕੋ ਨੌਕਰੀ ਨਹੀਂ ਹੈ ਉਨਕਾ ਕਿਆ ਕੁਛ ਕਿਹਾ ਯੇ ਹੈ ਹਮਾਰੀ ਫਿਊਚਰ ਕਿਸਾਨੀ ਕੇ ਬਗੈਰ ਹਿੰਦੁਸਤਾਨ ਨਹੀਂ ਚੱਲ ਸਕਦਾ ਨੌਜਵਾਨੋਂ ਕੋ ਹਮ ਕਿਆ ਕਰੇਂਗੇ ਦਿਸ ਇਜ਼ ਸਮਥਿੰਗ ਦੈਟ ਇਸ ਗਵਰਨਮੈਂਟ ਕੋ ਸੋਚਣਾ ਚਾਹੀਏ ਥਾ ਤੋ ਯੇ ਕਹਿਣਾ ਕਿ ਹਮ 5 ਲੱਖ ਕੀ ਜਿਤਨੀ ਇਨਕਮ ਟੈਕਸ ਹੈ ਉਸਕੋ ਮਾਫ ਕਰੇਂਗੇ ਦੈਟ ਇਜ਼ ਨਾਟ ਕਵਰਿੰਗ ਦੀ ਮੇਜਰ ਪ੍ਰੋਬਲਮ ਆਫ ਸਟੇਟ ਇਤਨੇ ਅਨਇੰਪਲੋਇਡ ਲੜਕੇ ਹੈ ਉਨਕੇ ਲਈ ਕਿਹਾ ਗਿਆ ਤੋ ਆਈ ਐਮ ਲੁਕਿੰਗ ਐਟ ਦੀਸ ਟੂ ਯਹੀ ਦੋਨੋਂ ਬਾਤਾਂ ਤੋਂ ਹਮਨੇ ਕੱਲ੍ਹ ਉਠਾਈ ਥੀ ਕਿ ਇਹ ਦੋ ਮੇਜਰ ਇਸ਼ੂਜ਼ ਹੈ ਪੰਜਾਬ ਕੇ ਟੋਟਲ ਜ਼ੀਰੋ ਲੋਕ ਸਭਾ ਚੋਣਾਂ ਨਜ਼ਦੀਕ ਨੇ ਤਾਂ ਉੱਥੇ ਹੀ ਬਜਟ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਪੱਖੀ ਹੋਈ ਹੈ ਵਿਰੋਧੀਆਂ ਨੇ ਮੋਦੀ ਸਰਕਾਰ ਦੇ ਇਸ ਬਜਟ ਨੂੰ ਚੋਣ ਬਜਟ ਵੀ ਕਰਾਰ ਦਿੱਤਾ ਹੈ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਇਸ ਬਜਟ ਵਿੱਚ ਮੋਦੀ ਸਰਕਾਰ ਨੇ ਕਿਸਾਨਾਂ ਦੇ ਨਾਲ ਕੁਝ ਆ ਮਜ਼ਾਕ ਕੀਤਾ ਹੈ ਜਦਕਿ ਸੂਬੇ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਇਸ ਬਜਟ ਵਿੱਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਕੋਈ ਗੱਲ ਨਹੀਂ ਸੀ ਅਗਰ ਮੋਦੀ ਸਾਹਿਬ ਆਹ ਤਵੱਕੋ ਰੱਖਦੇ ਹੈ ਵੀ ਹਿੰਦੁਸਤਾਨ ਦਾ ਅਤੇ ਪੰਜਾਬ ਦਾ ਜਿਹੜਾ ਅਣਖੀ ਕਿਸਾਨ ਹੈ ਉਹ ਬੜੇ ਸਨਮਾਨ ਨਾਲ ਜੀ ਸਕਦਾ ਹੈ ਅਤੇ ਇਹਦੇ ਨਾਲ ਇੱਕ ਗੱਲ ਸਪਸ਼ਟ ਹੋ ਗਈ ਵੀ ਮੋਦੀ ਸਾਹਿਬ ਨੂੰ ਕਿਸਾਨ ਦੀ ਕਿਸੇ ਸਮੱਸਿਆ ਦਾ ਕੋਈ ਪਤਾ ਨਹੀਂ ਉਹਨਾਂ ਨੂੰ ਪਤਾ ਸਿਰਫ ਅਡਾਨੀਆਂ ਅਤੇ ਅੰਬਾਨੀਆਂ ਅਤੇ ਸਾਹੂਕਾਰਾਂ ਦਾ ਜਿੱਥੇ 500 ਰੁਪਈਏ ਦੇਣ ਦੀ ਗੱਲ ਕੀਤੀ ਉਹਨਾਂ ਨੇ 500 ਰੁਪਈਆ ਇੱਕ ਪਾਸੇ ਰਹਿ ਗਿਆ ਮੇਰਾ ਮੰਨਣਾ ਹੈ ਮੋਦੀ ਸਾਹਿਬ ਤੁਹਾਨੂੰ ਉਹ ਜਿਹੜੇ ਮਜ਼ਦੂਰ ਜਿਹੜੇ ਕਿਸਾਨ ਮਜ਼ਦੂਰ ਹੈ ਭੂਮੀਹੀਨ ਮਜ਼ਦੂਰ ਹੈ ਜਿਨ੍ਹਾਂ ਕੋਲ ਜ਼ਮੀਨ ਹੈ ਨਹੀਂ ਖੇਤੀ ਨਾਲ ਜੁੜੇ ਹੈ ਉਹ ਤੁਹਾਨੂੰ ਕਿਤੇ ਯਾਦ ਹੀ ਨਹੀਂ ਹੈ ਪੂਰੇ ਬਜਟ ਦੇ ਅੰਦਰ ਕਿਸਾਨ ਨੂੰ ਜਿੱਥੇ 500 ਰੁਪਈਏ ਦਾ ਨਿਮਕ ਛਿੜਕਿਆ ਮੈਂ ਕਿਹਾ ਸੀ ਦਿਸ ਇਜ਼ ਨੋਟ ਓਨਲੀ ਅ ਡਿਸਅਪੋਇੰਟਿੰਗ ਬਜਟ ਬਟ ਇਟ ਇਜ਼ ਅ ਇਨਸਲਟਿੰਗ ਬਜਟ ਇਜ਼ ਅ ਇਨਸਲਟ ਟੂ ਦਾ ਫਾਰਮਰਸ ਐਂਡ ਡਿਗਨਿਟੀ ਆਫ ਦਾ ਫਾਰਮਰਸ ਅਤੇ ਉਹਦੇ ਨਾਲ ਜਿੱਥੇ ਕਿਸਾਨਾਂ ਦੀ ਇਹਨਾਂ ਨੇ ਅਪਮਾਨ ਕੀਤਾ ਮੈਂ ਸਮਝਦਾ ਨੌਜਵਾਨਾਂ ਦਾ ਅਪਮਾਨ ਕੀਤਾ ਇਹਨਾਂ ਨੇ ਨਾ ਸਿਰਫ ਆਪਣੇ ਸਟੈਟਿਸਟਿਕ ਜਿਹੜੀ ਔਰਗਨਾਈਜੇਸ਼ਨ ਹੈ ਉਹਦੇ ਅੰਕੜੇ ਨੱਪੇ ਹੈ ਪਰੰਤੂ ਕਿਸ ਨੌਜਵਾਨਾਂ ਦੇ ਰੁਜ਼ਗਾਰ ਵਾਸਤੇ ਉਹਨਾਂ ਦੀ ਨੌਕਰੀਆਂ ਵਾਸਤੇ ਪੂਰੇ ਬਜਟ ਦੇ ਅੰਦਰ ਕਿਤੇ ਕਿਸੇ ਕਿਸਮ ਦਾ ਕੋਈ ਇਹਦੇ ਵਿੱਚ ਨਹੀਂ ਕੁਛ ਰੱਖਿਆ ਗਿਆ ਤਾਂ ਜਿਸ ਦਿਨ ਮੋਦੀ ਜੀ ਦੀ ਸਰਕਾਰ ਬਣੀ ਸੀ ਤਾਂ ਆਲਮੀ ਮੰਡੀ ਦੇ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਬਹੁਤ ਵੱਡੀ ਗਿਰਾਵਟ ਆ ਗਈ ਸੀ ਔਰ ਇਸ ਸਰਕਾਰ ਨੇ ਪਿਛਲੇ 5 ਸਾਲਾਂ ਦੇ ਵਿੱਚ ਇੱਕ ਬੜੀ ਵੱਡੀ ਰਕਮ ਜਿਹੜੀ ਹੈ ਉਹ ਕੱਚੇ ਤੇਲ ਦੀਆਂ ਕਿਉਂਕਿ ਕੀਮਤਾਂ 'ਚ ਕਾਫੀ ਕਮਤਰੀ ਆ ਗਈ ਸੀ ਔਰ ਇਹ 4-5 ਲੱਖ ਕਰੋੜ ਰੁਪਏ ਇਹਨਾਂ ਨੇ ਇਕੱਠਾ ਕੀਤਾ ਔਰ ਆਸ ਇਹ ਸੀ ਕਿ ਇਹ ਜਿਹੜਾ ਇਹ ਜਿਹਨੂੰ ਵਿੰਡਫਾਲ ਪ੍ਰੋਫਿਟ ਕਹਿ ਦਿੰਦੇ ਹੈ ਇਹ ਛੋਟੇ ਕਾਰੋਬਾਰੀ ਵਾਸਤੇ ਔਰ ਵਾਸਤੇ ਇਹ ਪੈਸੇ ਜਿਹੜੇ ਹੈ ਇਹ ਖਰਚ ਹੋਣਗੇ ਔਰ ਕਾਸ਼ ਜਿਹੜਾ ਹੈ ਇਹ ਜਿਹੜਾ ਕੱਚੇ ਤੇਲ ਦੀਆਂ ਕੀਮਤਾਂ 'ਚੋਂ ਇਹਨਾਂ ਨੂੰ ਪ੍ਰੋਫਿਟ ਹੋਇਆ ਸੀ ਇਹਦੇ ਨਾਲ ਇਹ ਕਿਸਾਨ ਦਾ ਕਰਜ਼ਾ ਮਾਫ਼ੀ ਦੀ ਕੋਈ ਸਕੀਮ ਅਨਾਊਂਸ ਕਰ ਦਿੰਦੇ ਕੱਲ੍ਹ ਵੀ ਮੈਨੂੰ ਇਹ ਆਸ ਸੀਗੀ ਕਿ ਮੈਨੂੰ ਆ 500 ਦੀ ਤਾਂ ਬਿਲਕੁਲ ਆਸ ਨਹੀਂ ਸੀਗੀ ਕਿ 500 ਨਾਲ ਹੀ ਕੋਈ ਡੈਟ ਵੇਵਰ ਅਨਾਊਂਸ ਕਰਨਗੇ ਅਕਾਊਂਟਿੰਗ ਕੀ ਹੈ ਅਕਾਊਂਟਿੰਗ ਕੈਸੇ ਹੋਤੀ ਹੈ ਇਸ ਬਜਟ ਮੇਂ ਜੋ ਇਨ੍ਹੋਂ ਨੇ ਅਕਾਊਂਟਿੰਗ ਕੀ ਹੈ
इन्होंने 0.01% दिखाया है जबकि इट शुड हैव बीन 0.5. नेचुरली जो आप राहुल गांधी जी की बात कह रहे हैं वो एक स्कीम है जो कि हमारी सरकार आएगी तो लागू होगी, तो अकाउंटिंग उस हिसाब से होगी जब हम